ਗੱਲਬਾਤ ਕਰੀਏ ਜੀ ਇੱਕ ਵੱਡਾ ਘਟਨਾਕ੍ਰਮ ਜਿਹੜਾ ਸ਼ਨੀਵਾਰ ਨੂੰ ਵਾਪਰਿਆ। ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਦੇ ਖਿਲਾਫ ਸਰਕਾਰ ਦੇ ਵੱਲੋਂ ਕਾਰਵਾਈ। ਸੁਖਨਾਰ ਜੀ, ਅਸਲ ਵਿਚ ਇਹ ਘਟਨਾਕ੍ਰਮ ਪਿਛਲੇ ਮਹੀਨੇ ਤੋਂ ਹੀ ਚੱਲਦਾ ਪਿਆ ਸੀ। ਜਦੋਂ ਅਜਨਾਲੇ ਦੇ ਵਿਚ ਘਟਨਾ ਵਾਪਰੀ ਜੀ, ਉੱਥੇ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਫੜ ਲਿਆ ਸੀ ਜਿਹੜਾ ਅੰਮ੍ਰਿਤਪਾਲ ਸਿੰਘ ਦਾ ਸਾਥੀ ਸੀ। ਝਗੜਾ ਉਹਦਾ ਨਿੱਜੀ ਸੀ, ਉਹ ਝਗੜੇ ਲਈ ਨਿੱਜੀ ਝਗੜੇ ਲਈ ਅਦਾਲਤ ਜਾਇਆ ਜਾ ਸਕਦਾ ਸੀ, ਉਸ ਤਰ੍ਹਾਂ ਨਾਲ ਪ੍ਰੈਸ਼ਰ ਬਣਾ ਕੇ ਪੁਲਿਸ ਨਾਲ ਗੱਲਬਾਤ ਕਰਕੇ ਛਡਾਇਆ ਜਾ ਸਕਦਾ ਸੀ। ਇਹ ਕਾਫਲਾ ਲੈ ਕੇ ਉਧਰ ਤੁਰ ਪਏ, ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਉਹ ਪਾਲਕੀ ਲਈ ਤੁਰ ਲਈ। ਉੱਥੇ ਸਮਝਿਆ ਜਾਂਦਾ ਸੀ ਕਿ ਪੁਲਿਸ ਨਾਲ ਟਕਰਾਅ ਹੋਵੇਗਾ ਤੇ ਟਕਰਾਅ ਦੇ ਵਿਚ ਹੋ ਸਕਦਾ ਕਿ ਕਿਸੇ ਕਿਸਮ ਦੀ ਮੰਦੀ ਘਟਨਾ ਵਾਪਰ ਜਾਵੇ, ਪਰ ਪੁਲਿਸ ਵਾਲਿਆਂ ਨੇ ਉੱਥੇ ਥਮਾ ਰੱਖਿਆ। ਕੁੱਟ ਖਾਲੀ, ਇੱਕ ਐਸ ਪੀ ਨੂੰ ਵੀ, ਬੜੇ ਸੀਨੀਅਰ ਅਫਸਰ ਨੂੰ ਵੀ ਸੱਟਾਂ ਲੱਗ ਗਈਆਂ, ਪਰ ਪੁਲਿਸ ਨੇ ਅੱਗੋਂ ਕੋਈ ਵੀ ਗੱਲ ਸਖ਼ਤੀ ਵਾਲੀ ਨਹੀਂ ਕੀਤੀ, ਚੁੱਪ ਕਰਕੇ ਕੁੱਟ ਖਾਂਦੇ ਰਹੇ। ਉਸ ਤੋਂ ਬਾਅਦ ਸਾਰੇ ਪਾਸਿਆਂ ਤੋਂ ਇਸ ਘਟਨਾ ਦੀ ਚਰਚਾ ਹੁੰਦੀ ਸੀ। ਕੁੱਝ ਲੋਕ ਨਿੰਦਾ ਕਰਦੇ ਸੀ, ਕੁਛ ਕਹਿੰਦੇ ਸੀ ਨੌਜਵਾਨਾਂ ਦਾ ਜੋਸ਼ ਆ, ਕੁਛ ਕਹਿੰਦੇ ਸੀ ਇਹ ਤਾਂ ਹੁੰਦਾ ਆ ਤੇ ਹੋਣਾ ਚਾਹੀਦਾ। ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਗਿਆ ਕਿ ਤੁਸੀਂ ਦੱਸੋ ਕਿ ਇਹੋ ਜਿਹੇ ਸੰਘਰਸ਼ ਵਾਲੇ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਣੀ ਚਾਹੀਦੀ ਕਿ ਨਹੀਂ। ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਕਿਸੇ ਮਸਲੇ ਦਾ ਫੈਸਲਾ ਕਦੇ ਕਰਦੇ ਨੀ। ਉਹਨਾਂ ਨੇ ਫੇਰ ਟਾਲਣ ਵਾਸਤੇ ਇੱਕ ਕਮੇਟੀ ਬਣਾ ਦਿੱਤੀ, ਆਖਿਆ 15 ਦਿਨਾਂ ਦੇ ਅੰਦਰ ਅੰਦਰ ਕਮੇਟੀ ਆਪਣੀ ਰਿਪੋਰਟ ਦੇਵੇ। ਕਮੇਟੀ ਨੇ 15 ਛੱਡ ਕੇ ਅੱਧੇ ਦਿਨਾਂ ਦੀ ਰਿਪੋਰਟ ਦੇ ਦਿੱਤੀ, ਜਿਹਦੇ ਚ ਉਹਨਾਂ ਨੇ ਆਖਿਆ ਬਈ ਇੱਕ ਵੱਡਾ ਹਿੱਸਾ ਜਿਹੜਾ ਇਸ ਗੱਲ ਦੇ ਖਿਲਾਫ਼ ਹੈ, ਆਹ ਰਿਪੋਰਟ ਹੈ, ਤੇ ਬਾਕੀ ਜਿਹੜੇ ਜਿਨ੍ਹਾਂ ਦੀ ਸਹਿਮਤੀ ਨਹੀਂ ਉਹਨਾਂ ਦੇ ਬਿਆਨ, ਉਹਨਾਂ ਦੇ ਜਿਹੜੇ ਵਿਚਾਰ ਉਹ ਵੱਖਰੇ ਤੌਰ ਤੇ ਦਰਜ ਕਰ ਦਿੱਤੇ ਆ। ਇਹ ਤੇ ਫੈਸਲਾ ਲੈਣਾ ਚਾਹੀਦਾ ਸੀ। ਜਥੇਦਾਰ ਸਾਹਿਬ ਨੇ ਫਿਰ ਫੈਸਲਾ ਨਹੀਂ ਲਿਆ, ਆਖਿਆ ਰਿਪੋਰਟ ਤੇ ਸਾਰਿਆਂ ਦੇ ਦਸਖਤ ਨੇ, ਜਦ ਤੱਕ ਸਾਰਿਆਂ ਦੇ ਦਸਖਤ ਨੇ ਰਿਪੋਰਟ ਨੇ ਮੰਨਣੀ ਦੁਬਾਰਾ ਵਿਚਾਰੋ। ਹੁਣ ਅਦਾਲਤਾਂ ਵਿਚ ਵੀ ਹੁੰਦਾ ਕਿ ਜੇ 5 ਜਾਂ 7 ਜੱਜ ਹੋਣ, ਉਹਨਾਂ ਚੋਂ ਬਾਕੀ ਸਾਰੇ ਸਹਿਮਤ ਹੋਣ, 1 ਜਾਂ 2 ਨਾ ਸਹਿਮਤ ਹੋਣ ਤੇ ਉਹ ਫੈਸਲੇ ਤੇ ਦਸਖਤ ਨਹੀਂ ਕਰਦੇ, ਉਹ ਆਪਣਾ ਵੱਖਰਾ ਫੈਸਲਾ ਲਿਖ ਕੇ ਦੇ ਦਿੰਦੇ ਤੇ ਸਾਡੀ ਰਾਏ ਆਹ ਵਾ। ਇੱਥੇ ਵੀ ਜਿਨ੍ਹਾਂ ਦੀ ਵੱਖਰੀ ਰਾਏ ਸੀ ਉਹਨਾਂ ਨੇ ਵੱਖਰੀ ਰਾਏ ਲਿਖ ਕੇ ਦੇਣੀ ਸੀ, ਦੇ ਦਿੱਤੀ, ਪਰ ਜਥੇਦਾਰ ਸਾਹਿਬ ਕਹਿੰਦੇ ਨਹੀਂ ਜੀ ਸਾਰਿਆਂ ਨੇ ਦਸਖਤ ਕਰਾ ਕੇ ਲਿਆਓ, ਇਹਦਾ ਮਤਲਬ ਸੀ ਕੁਝ ਦਿਨ ਮਸਲਾ ਹੋਰ ਟਾਲ ਦਿਓ। ਉਹ ਟਾਲਦੇ ਗਏ, ਓਨੇ ਚਿਰ ਨੂੰ ਜਿਹੜੇ ਇੱਧਰ ਹਾਲਾਤ ਵਿਗੜਦੇ ਗਏ ਤੇ ਫਿਰ ਪੁਲਿਸ ਨੇ ਅਚਾਨਕ ਉਹ ਕੇਸ ਕੱਢ ਲਿਆ ਤੇ ਕੋਸ਼ਿਸ਼ ਕੀਤੀ ਕਿ ਜਿਸ ਦਿਨ ਇਹਦੀ ਗੱਡੀ ਅੰਮ੍ਰਿਤਪਾਲ ਸਿੰਘ ਦੀ ਇਕੱਲੀ ਹੋਵੇ ਜਾਂ 2-3 ਗੱਡੀਆਂ ਹੋਣ, ਰਫਤਾ ਕੇ ਫੜ ਫੁੜ ਲਓ। ਉਹ ਜਦੋਂ ਇੱਥੇ ਸ਼ਾਹਕੋਟ ਦੇ ਤੇ ਮਹਿਤਪੁਰ ਦੇ ਵਿਚਾਲੇ ਇੱਕ ਪਿੰਡ ਆ ਬਲੰਦਾ ਜੀ, ਤੇ ਉਹਦੇ ਲਾਗੇ ਸ਼ਾਇਦ ਪਿੰਡ ਆ ਇੱਕ ਸਲੇਮਾ, ਬੁਲੰਦਪੁਰੀ ਬਣਿਆ ਹੋਇਆ ਜਿੱਥੇ ਜੀ, ਨਹੀਂ ਨਹੀਂ ਬੁਲੰਦਪੁਰ ਹੋ ਰਿਹਾ ਜੀ, ਇਹ ਸ਼ਾਇਦ ਬੁਲੰਦਾ ਜੇ ਮੈਂ ਭੁੱਲਦਾ ਨੀ, ਮੈਨੂੰ ਭੁਲੇਖਾ ਵੀ ਹੋ ਸਕਦਾ, ਉੱਥੇ ਤਾਂ ਮੈਂ ਗਲਤ ਹੋਵਾਂ ਜੀ। ਉੱਥੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਦਰਬਾਰ ਸਾਹਿਬ, ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਦਾ ਗੁਰਦੁਆਰਾ, ਉੱਥੇ ਗੁਰਦੁਆਰਾ ਸਾਹਿਬ ਬਣਾਇਆ ਲੋਕਾਂ ਨੇ, ਤੇ ਪਤਾ ਨੀ ਉਹ ਇਤਿਹਾਸਿਕ ਹੈ ਕਿ ਬਾਅਦ ਵਿਚ ਬਣਾਇਆ ਗਿਆ, ਮੈਨੂੰ ਇਹਦਾ ਵੀ ਪਤਾ ਨੀ। ਕਹਿੰਦੇ ਉੱਥੇ ਜਾਣਾ ਸੀ, ਉੱਥੋਂ ਚੱਲਦਾ ਵਹੀਲ ਜਿਹੜਾ ਆਪਣਾ, ਉਹ ਇਹਨੇ ਫੇਰ ਜਥਾ ਤੋਰਨਾ ਸੀ। ਉਸ ਤੋਂ ਪਹਿਲਾਂ ਰਾਹ ਦੇ ਵਿਚ ਪੁਲਿਸ ਨੇ ਫੜਨ ਦਾ ਯਤਨ ਕੀਤਾ, ਇਹਨਾਂ ਨੂੰ ਪਤਾ ਲੱਗ ਗਿਆ, ਇਹਨੇ ਇਕਦਮ ਗੱਡੀ ਨੂੰ ਯੂ ਟਰਨ ਦਿੱਤਾ, ਦੂਜੀਆਂ ਗੱਡੀਆਂ ਨੇ ਪੁਲਿਸ ਦਾ ਰਾਹ ਰੋਕਿਆ, ਇਹ ਨਿਕਲ ਗਿਆ। ਫਿਰ ਉਸ ਭੱਜੋ ਨਾ ਸੀ ਕਿ ਸ਼ਾਮ ਨੂੰ ਰੌਲਾ ਪੈ ਗਿਆ, ਇਹਨੂੰ ਗ੍ਰਿਫ਼ਤਾਰ ਕਰ ਲਿਆ, ਪਰ ਕੀਤਾ ਨੀ ਸੀ, ਅਸਲ ਚ ਇਹ ਨਿਕਲ ਗਿਆ ਸੀ ਜੀ। ਉਹਦੇ ਬਾਅਦ ਘੇਰਾ ਪਿਆ, ਕੋਈ ਆਖੇ ਜੀ ਸ਼ਾਹਕੋਟ ਤੋਂ ਮਲਸੀਆਂ ਨੂੰ ਚਲਾ ਗਿਆ, ਕੋਈ ਆਖੇ ਮਲਸੀਆਂ ਤੋਂ ਮਹਿਤਪੁਰ ਨੂੰ ਚਲਾ ਗਿਆ, ਕੋਈ ਆਖੇ ਨਕੋਦਰ ਚਲਾ ਗਿਆ ਸੀ, ਉੱਥੋਂ 3-wheeler ਦੇ ਉੱਤੇ ਸ਼ੰਕਰ ਪਿੰਡ ਚਲਾ ਗਿਆ। ਸ਼ੰਕਰ ਜਿਹੜਾ ਉਹ ਨਕੋਦਰ ਦੇ ਤੇ ਜੰਡਿਆਲਾ ਮੰਜਕੀ ਦੇ ਵਿਚਾਲੇ ਪਿੰਡ ਆ, ਬਹੁਤ ਵੱਡਾ ਪਿੰਡ ਆ ਜੀ, ਬਹੁਤ ਵੱਡਾ ਪਿੰਡ ਆ, ਸਾਬਕਾ ਵਿਦੇਸ਼ ਮੰਤਰੀ ਸਵਰਨ ਸੋਰਾ ਦਾ ਪਿੰਡ ਆ ਜੀ। ਫਿਰ ਕਹਿਣ ਜੀ ਉੱਥੇ ਘੇਰਾ ਪਾਇਆ, ਅਗਲੇ ਦਿਨ ਪਤਾ ਲੱਗਾ ਉੱਥੇ ਵੀ ਨੀ, ਕਿਸੇ ਹੋਰ ਥਾਂ ਤੇ ਆ। ਉਹਦੇ ਦਰਮਿਆਨ ਉਹਦੇ 4-5 ਸਾਥੀ ਜਿਹੜੇ ਸੀ ਉਹ ਫੜੇ ਗਏ, 4 ਸਾਥੀ ਫੜੇ ਗਏ, ਤੇ ਉਹਨਾਂ ਨੂੰ ਪੁਲਿਸ ਨੇ ਇਕਦਮ ਵਿਸ਼ੇਸ਼ ਕਾਨੂੰਨ ਲਾ ਕੇ ਤੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਚ ਭੇਜ ਦਿੱਤਾ, ਜਿੱਥੇ ਬਹੁਤ ਟਾਈਟ ਸਿਕਿਉਰਿਟੀ ਹੈ ਜੀ, ਉੱਥੇ ਨੇੜੇ ਵੀ ਉਹਨਾਂ ਦੇ ਕੋਈ ਨੀ ਜਾ ਸਕਦਾ। ਫਿਰ ਇੱਕ ਬੰਦਾ ਚੰਡੀਗੜ੍ਹ ਤੋਂ ਫੜ ਲਿਆ, ਗੁਰਗਾਓਂ ਤੋਂ, ਉਹ ਕਹਿੰਦੇ ਜੀ ਅੰਮ੍ਰਿਤਪਾਲ ਸਿੰਘ ਦਾ ਫਾਈਨੈਂਸਰ ਸੀ, ਉਹਦਾ ਨਾਂ ਦਲਜੀਤ ਸਿੰਘ ਕਲਸੀ ਸੀ ਜੀ, ਉਹਨੂੰ ਵੀ ਉੱਥੇ ਭੇਜ ਦਿੱਤਾ। ਇਹਦੇ ਦੌਰਾਨ ਕਦੇ ਕੋਈ ਕਹਿੰਦਾ ਕਿ
ਇਹਨਾਂ ਤੇ ਜੀ ਮੁਕਾਬਲੇ ਜੋ ਕਰਨਾ ਸੀ ਕਰਤਾ। ਕੋਈ ਕਹਿੰਦਾ ਨਹੀਂ ਜੀ ਉਹ ਇੱਥੋਂ ਨਿਕਲ ਕੇ ਫਰਾਰ ਹੋ ਗਿਆ, ਕੋਈ ਕਹਿੰਦਾ ਜੀ ਦੇਸ਼ ਤੋਂ ਬਾਹਰ ਚਲਾ ਗਿਆ। ਜਿੰਨੇ ਮੂੰਹ ਓਨੀਆਂ ਗੱਲਾਂ ਹਰ ਕੋਈ ਆਪੋ ਆਪਣੀ ਗੱਲ ਕਹੀ ਜਾਂਦਾ ਜੀ। ਘੜੀ ਮੁੜੀ ਰਿਪੋਰਟਾਂ ਆਉਂਦੀਆਂ, ਉਹਦੇ ਮਾਂ ਬਾਪ ਵੀ ਕਦੇ ਕਹਿੰਦੇ ਆ ਕਿ ਮੁੰਡੇ ਨਾਲ ਕੋਈ ਮਾੜੀ ਘਟਨਾ ਵਾਪਰ ਗਈ ਜਾਪਦੀ ਆ, ਕਦੇ ਕਹਿੰਦੇ ਆ ਨਹੀਂ ਅਜੇ ਉਹ ਕਾਬੂ ਨਹੀਂ ਆਇਆ, ਕਦੇ ਅਪੀਲ ਕਰ ਦਿੰਦੇ ਆ ਵੀ ਉਹ ਸਮਰਪਣ ਕਰਦੇ, ਵੀ ਪਤਾ ਨੀ ਉਹਨਾਂ ਅਪੀਲ ਕੀਤੀ ਕਿ ਉਹਨਾਂ ਦੇ ਨਾਂ ਤੇ ਕੋਈ ਕਰਦਾ ਜੀ। ਬਹੁਤ ਕੁਛ ਕਹਾਣੀਆਂ ਪੈਂਦੀਆਂ ਪਈਆਂ। ਰਾਤੀ ਅੱਧੀ ਰਾਤ ਨੂੰ ਉਹਦੇ ਚਾਚੇ ਨੇ ਤੇ ਡਰਾਈਵਰ ਨੇ ਦੋਵਾਂ ਨੇ ਸਰੈਂਡਰ ਕਰਤਾ ਸੀ ਜੀ। ਉਹਨਾਂ ਕੋਲ ਇੱਕ ਪਿਸਤੌਲ ਵੀ ਸੀਗਾ ਜਿਹੜਾ ਉਹ ਕਹਿੰਦੇ ਆ ਕਿ ਸਾਡੇ ਕੋਲ ਲਾਇਸੈਂਸ ਸੀ ਜੀ। ਲਾਇਸੈਂਸ ਬਾਰੇ ਆਪੇ ਪੁਲਿਸ ਪੜਤਾਲ ਕਰਦੀ ਰਹੋ, ਲੱਖ ਸਵਾ ਲੱਖ ਰੁਪਇਆ ਉਹਨਾਂ ਆਖਿਆ ਸਾਡੇ ਕੋਲ ਹੈ। ਪੁਲਿਸ ਲੈ ਗਈ, ਜਿਹੜਾ ਡਰਾਈਵਰ ਉਹਨੂੰ ਭੇਜਿਆ ਨਹੀਂ ਬਾਹਰ ਭੇਜਿਆ, ਪਰ ਅਮ੍ਰਿਤਪਾਲ ਸਿੰਘ ਦੇ ਚਾਚੇ ਨੂੰ ਵੀ ਆਸਾਮ ਭੇਜਤਾ ਉਹਨਾਂ ਨੇ ਜੀ। ਸਵੇਰੇ ਰਾਜਸਥਾਨ ਸੀ ਤੋਂ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਜਹਾਜ਼ ਤੇ ਚੜਾ ਕੇ ਤੇ ਆਸਾਮ ਤੇ ਗੁਰੂਗੜ੍ਹ ਭੇਜ ਦਿੱਤਾ ਜੀ। ਹੁਣ ਬਾਕੀ ਆਪਰੇਸ਼ਨ ਅਜੇ ਚੱਲਦਾ ਪਿਆ, ਇਹਦੇ ਦੌਰਾਨ ਕਦੇ ਆਉਂਦੀ ਖਬਰ ਫਲਾਣੇ ਥਾਂ ਇੰਨੇ ਲੋਕਾਂ ਨੇ ਰਸਤੇ ਜਾਮ ਕਰਤੇ ਜੀ। ਸਿਰਫ ਇੱਕ ਥਾਂ ਤੋਂ ਰਸਤਾ ਜਾਮ ਕਰਨ ਦੀ ਰਿਪੋਰਟ ਹੈ, ਉਹ ਹਰੀਕੇ ਪੱਤਣ ਲੱਗ ਗਏ ਜਿਹਨੂੰ ਪਹਿਲਾਂ ਬੰਗਾਲੀ ਵਾਲਾ ਪੁਲ ਕਹਿੰਦੇ ਹੁੰਦੇ ਸੀ ਜੀ। ਉੱਥੇ ਅੱਜ ਕੱਲ ਐਕਸਪ੍ਰੈਸ ਵੇ ਬਣਨ ਨਾਲ ਚੌੜੀ ਸੜਕ ਬਣ ਗਈ ਆ। ਉਸ ਚੌੜੀ ਸੜਕ ਦਾ ਇੱਕ ਪਾਸਾ ਕਹਿੰਦੇ ਜਾਮ ਹੈ, ਇੱਕ ਪਾਸਾ ਚੱਲਦਾ, ਪੂਰਾ ਬੰਦ ਹੈ ਨੀ ਗਾ, ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਕਿਸੇ ਥਾਂ ਤੇ ਬੰਦ ਨਹੀਂ। ਇੱਥੇ ਮੋਹਾਲੀ ਦੇ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸ਼ਹੀਦਾਂ ਸੋਹਾਣੇ ਤੋਂ, ਉੱਥੋਂ ਜਿਹੜੇ ਜਦੋਂ ਅਸੀਂ ਖਰੜ ਤੋਂ ਏਅਰਪੋਰਟ ਨੂੰ ਜਾਂਦੇ ਹਾਂ ਤੇ ਸੜਕ ਉੱਥੋਂ ਲੰਘਦੀ ਆ ਥੋੜਾ ਜਿਹਾ ਵਿੰਗ ਜਿਹਾ ਪਾ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੀ, ਉੱਥੇ ਕੁਝ ਇਕੱਠ ਜ਼ਰੂਰ ਆ ਥੋੜਾ ਜਿਹਾ, ਕਿੰਨਾ ਇਹ ਨੀ ਪਤਾ। ਉਹ ਸਾਰਾ ਜਾਰੀ ਰਾਤ ਮੈਂ ਉੱਥੇ ਸੀ ਲੰਘਿਆ ਉੱਥੋਂ 10 ਵਜੇ, ਉਦੋਂ ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਮੈਂ ਕਿੰਨਾ, ਕਹਿੰਦੇ 150 ਤੋਂ 200 ਬੰਦਾ। ਇਹ ਸਭ ਤੁਹਾਨੂੰ ਪਤਾ ਹੋ ਸਕਦਾ, ਮੈਨੂੰ ਨੀ ਪਤਾ ਕਿਉਂਕਿ ਮੈਂ ਜਲੰਧਰ ਤੇ ਹਾਂ, ਮੇਰੇ ਕੋਲ ਪੂਰੀ ਇਨਫੋਰਮੇਸ਼ਨ ਨਹੀਂ। ਇਹ ਵੀ ਖਬਰਾਂ ਆਈਆਂ ਨੇ ਕਿ ਜਿਹੜਾ ਬੰਦੀ ਸਿੰਘਾਂ ਵਾਸਤੇ ਕੌਮੀ ਮੋਰਚਾ ਲੱਗਾ ਸੀ ਜੀ, ਉਹਨਾਂ ਦੇ ਤੇ ਇਹਨਾਂ ਦੇ ਆਪਸ ਵਿੱਚ ਮਤਭੇਦ ਹੋ ਗਏ ਆ। ਉਹ ਕਹਿੰਦੇ ਆ ਸਾਡਾ ਮੋਰਚਾ ਹੋ ਰਿਹਾ, ਇਹ ਕਹਿੰਦੇ ਸਾਡਾ, ਦੋਵੇਂ ਮੋਰਚੇ ਇਕੱਠੇ ਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਜੀ। ਇਹਦੇ ਦੌਰਾਨ ਪੁਲਿਸ ਨੇ ਆਖਿਆ ਕਿ 114 ਬੰਦੇ ਅਸੀਂ ਫੜੇ ਆ। ਹੋ ਸਕਦਾ ਪੁਲਿਸ ਠੀਕ ਕਹਿੰਦੀ ਹੋਵੇ, ਮੇਰੀ ਰਿਪੋਰਟ ਇਹ ਆ ਕਿ ਬੰਦੇ ਇਹਨਾਂ ਨੇ ਫੜੇ ਆ 200 ਤੋਂ ਉੱਪਰ, ਪਰ ਉਹਦੇ ਚੋਂ ਜਿਹੜੀ ਅਰੈਸਟ ਪਾਈ 114 ਦੀ ਆ, ਬਾਕੀ ਦੇ ਬੰਦੇ ਇਹਨਾਂ ਨੇ ਫੜ ਕੇ ਉਹਨਾਂ ਦੇ ਮਾਂ ਬਾਪ ਨੂੰ, ਮੁੰਡੇ ਸਨ ਬਹੁਤੇ ਯੰਗਸਟਰ ਜੀ, ਮਾਂ ਬਾਪ ਨੂੰ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦ ਕੇ ਲਿਖਤੀ ਤੌਰ ਤੇ ਉਹਨਾਂ ਦੇ ਹਵਾਲੇ ਕਰਤੇ ਆ ਤੇ ਆਖਿਆ ਕਿ ਇਹਨਾਂ ਤੇ ਕਾਰਵਾਈ ਕੋਈ ਨੀ ਕਰਨੀ, ਬੱਚੇ ਆ ਤੁਸੀਂ ਲੈ ਜਾਓ ਤੇ ਇਹਨਾਂ ਨੂੰ ਆਖ ਰਹੇ ਜੀ ਐਕਟੀਵਿਟੀ ਚ ਸ਼ਾਮਲ ਨਾ ਹੋਣ ਜੀ, ਤੇ ਮਾਪੇ ਲੈ ਗਏ ਆਪਣੀ ਜ਼ਿੰਮੇਵਾਰੀ ਤੇ ਗੱਲ ਖਤਮ ਹੋਈ। ਸਰਕਾਰੀ ਤੌਰ ਤੇ ਗਿਣਤੀ 114 ਜਿਹੜੀ ਉਹ ਠੀਕ ਜਾਪਦੀ ਆ ਜੀ, ਦੂਸਰੇ ਜਿਹੜੇ ਫੜੇ ਤੇ ਕਾਰਵਾਈ ਕੀਤੀ ਨੀ ਕੋਈ ਵੀ, ਮਾਪਿਆਂ ਨੂੰ ਸੌਂਪ ਦਿੱਤੇ ਜਾਂ ਪੰਚਾਇਤ ਨੂੰ ਸੌਂਪ ਦਿੱਤੇ, ਉਹ ਫੜਿਆ ਗਿਆ ਦੀ ਗਿਣਤੀ ਚ ਨਹੀਂ ਆਉਂਦੇ, ਇਸ ਕਰਕੇ ਉਹਨਾਂ ਨੂੰ ਪਾਸੇ ਰੱਖ ਲਓ। ਇਹਦੇ ਦਰਮਿਆਨ ਬਹੁਤ ਸਾਰੀਆਂ ਅਫਵਾਹਾਂ ਉੱਡਦੀਆਂ, ਇੱਥੇ ਆ ਹੋ ਗਿਆ, ਉੱਥੇ ਆ ਹੋ ਗਿਆ ਜੀ, ਉਹਨਾਂ ਅਫਵਾਹਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ। ਪੁਲਿਸ ਦੇ ਆਈ ਜੀ ਐਡਮਿਨਿਸਟ੍ਰੇਸ਼ਨ ਜਿਹੜਾ ਚੰਡੀਗੜ੍ਹ ਚ ਸੁਖਚੈਨ ਸਿੰਘ ਗਿੱਲ ਜੀ, ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਚ 3 ਵਜੇ ਤੋਂ ਬਾਅਦ ਉਹਦੀ ਪ੍ਰੈਸ ਕਾਨਫਰੰਸ ਸੀ, ਉਹਨੇ ਸਾਰੀਆਂ ਗਿਣਤੀਆਂ ਮਿਣਤੀਆਂ ਦੱਸੀਆਂ। ਉਹਨੇ ਆਖਿਆ ਇੰਨੇ ਬੰਦੇ ਸੀ, ਇੰਨੇ ਅਸੀਂ ਉੱਥੇ ਭੇਜ ਤੇ ਆਹ ਕਰਤਾ। ਅੰਮ੍ਰਿਤਪਾਲ ਸਿੰਘ ਬਾਰੇ ਉਹਨੇ ਆਖਿਆ ਕਿ ਅਜੇ ਤੱਕ ਉਹ ਸਾਡੇ ਕੋਲ ਨਹੀਂ, ਅਜੇ ਤੱਕ ਪੁਲਿਸ ਉਹਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ, ਪਰ ਕਰਨ ਦੇ ਯਤਨ ਹੈ। ਜਿਹੜੇ ਬੰਦੇ ਫੜੇ ਗਏ ਆ, ਜਿਹੜੇ ਆਸਾਮ ਡਿਬਰੂਗੜ੍ਹ ਭੇਜੇ ਆ ਜੀ, ਉਹਨਾਂ ਤੋਂ ਪਤਾ ਲੱਗਾ ਕਿ NSA ਯਾਨੀ ਨੈਸ਼ਨਲ ਸਿਕਿਉਰਿਟੀ ਐਕਟ ਲਾਤਾ, ਉਹਦੇ ਚ ਪਛੇਤੀ ਜ਼ਮਾਨਤ ਵੀ ਨਹੀਂ ਹੁੰਦੀ ਜੀ, ਉਹ ਉੱਥੇ ਰਹਿਣਗੇ। ਉਹਨੇ ਹਥਿਆਰ ਦੱਸੇ, ਪੁਰਾਣੇ ਪੁਰਾਣੇ ਫੜੇ ਗਏ ਆ। ਇੱਕ ਉਹਨੇ ਆਖਿਆ ਕਿ ਉਹਨਾਂ ਸਾਰੇ ਹਥਿਆਰਾਂ ਤੇ ਜਿਹੜਾ ਪਹਿਲਾਂ ਜਦੋਂ ਇਹ ਅੱਡ ਅੱਡ ਥਾਵਾਂ ਤੇ ਜਥਾ ਲਿਖ ਕੇ ਜਾਂਦੇ ਸੀ, ਤੇ ਉਦੋਂ ਵੀ ਉਹਨਾਂ ਚ ਕੁਝ ਹਥਿਆਰਾਂ ਦੇ ਉੱਤੇ AKF ਲਿਖਿਆ ਹੁੰਦਾ ਸੀ, ਤੇ ਲੋਕੀ ਵੀ ਇੱਥੇ ਸੋਚਦੇ ਹੁੰਦੇ ਸੀ ਕਿ AKF ਕੀ ਹੋਇਆ ਜੀ। ਅੱਜ ਉਹਨੇ IG ਨੇ ਆਖਿਆ ਕਿ ਸਾਨੂੰ ਉੱਥੋਂ ਜੈਕਟਾਂ ਵੀ ਮਿਲੀਆਂ ਨੇ, ਕੁਝ ਬੁਲੇਟਪ੍ਰੂਫ ਜੈਕਟਾਂ ਵੀ ਨੇ, ਇਹਨਾਂ ਸਾਰੀਆਂ ਦੇ ਉੱਤੇ AKF ਲਿਖਿਆ। ਤੇ ਉਹ ਕਹਿੰਦੇ ਬਾਅਦ ਵਿੱਚ ਗੱਲ ਖੁੱਲੀ ਹੈ ਕਿ ਇਹ ਆਨੰਦਪੁਰ ਖਾਲਸਾ ਫੌਜ ਜਿਹੜੀ ਆ ਇਸ ਤਰ੍ਹਾਂ ਦਾ ਨਾਂ ਰੱਖਿਆ, ਤੇ ਉਹਦੇ ਨਾਂ ਦੇ ਉੱਤੇ ਫੋਰਸ ਤੜੀ ਕਰ ਰਹੇ ਸੀ, ਤੇ ਉਹਦੇ ਹਥਿਆਰ ਨੇ ਤੇ ਉਹਦੀਆਂ ਇਹ ਜੈਕਟਾਂ ਨੇ ਜਿਹੜੀਆਂ ਇੱਕੋ ਥਾਂ ਤੋਂ ਮਿਲੀਆਂ ਜੀ। ਉੱਥੇ ਦਾ ਠੀਕ ਕਹਿੰਦੇ ਹੁਣ ਉਹਨਾਂ ਨੇ ਤੇ ਇਹ ਵੀ ਆਖਿਆ ਕਿ ਸਾਡੇ ਕੋਲ ਇਹੋ ਜਿਹੇ ਸੰਕੇਤ ਨੇ
ਇਹ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਸੰਬੰਧ ਹੈ ਜੀ, ਉਦੋਂ ਦਾ ਨਹੀਂ ਹੋ ਸਕਦਾ, ਅਗਲੇ ਦਿਨਾਂ ਜਾ ਕੇ ਗੱਲ ਸਾਹਮਣੇ ਆਵੇਗੀ। ਇਹਦੇ ਦੌਰਾਨ ਨਵੀਂ ਗੱਲ ਅੱਜ ਇਹ ਹੋਈ ਆ ਕਿ ਥੋੜੀ ਦੇਰ ਪਹਿਲਾਂ ਇੱਕ ਵੀਡੀਓ ਮੈਂ ਵੇਖੀ ਆ ਜੀ, ਮਹਿਤਾ ਚੌਕ ਤੋਂ ਜਿਹੜੀ ਦਮਦਮੀ ਟਕਸਾਲ ਆ ਉਹਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਇੱਕ ਸਟੇਟਮੈਂਟ ਹੈ ਜੀ ਕਿ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਖੜੇ ਆ ਤੇ ਸਰਕਾਰ ਇਹ ਤਸ਼ੱਦਦ ਬੰਦ ਕਰੇ। ਉਹ ਹੁਣ ਇੰਨਾ ਕੁਛ ਹੁੰਦਾ ਰਿਹਾ, ਉਦੋਂ ਤੱਕ ਦਮਦਮੀ ਟਕਸਾਲ ਬੋਲੀ ਨੀ ਜੀ, ਹੁਣ ਤਿੰਨ ਦਿਨ ਤੋਂ ਤੇ ਇਹੋ ਕਾਰਵਾਈ ਚੱਲਦੀ ਪਈ, ਇਹਦੇ ਦਰਮਿਆਨ ਵੀ ਉਹ ਨਹੀਂ ਬੋਲੇ। ਅੱਜ ਉਹ ਅਚਾਨਕ ਬੋਲੇ ਆ, ਜਾਂ ਤਾਂ ਇਹ ਆ ਕਿ ਬਾਹਰਲੇ ਸਿੱਖਾਂ ਦੇ ਦਬਾਅ ਥੱਲੇ ਬੋਲੇ ਆ ਜੀ, ਜੋ ਵੀ ਆ ਉਹਨਾਂ ਦੀ ਇੱਕ ਸਟੇਟਮੈਂਟ ਆਈ ਆ। ਸਰਕਾਰ ਦਾ ਪੱਖ ਕਿਉਂ ਨੀ ਸਾਹਮਣੇ ਆ ਰਿਹਾ, ਸਰਕਾਰ ਵੀ ਜਮਾ ਹੀ ਚੁੱਪ ਹੈ, ਪੁਲਿਸ ਦੇ ਵੱਲੋਂ ਤਾਂ ਚਲੋ ਜਿਹੜਾ ਇੱਕ ਸਟੇਟਮੈਂਟ ਆ ਗਈ। ਨਹੀਂ, ਸਰਕਾਰ ਦਾ ਪੱਖ ਇਹ ਆ ਕਿ ਜਿਹੜੇ ਪੰਜਾਬ ਦੇ ਕੁਛ ਮੰਤਰੀਆਂ ਨੇ ਬਿਆਨ ਦਿੱਤੇ ਆ ਜੀ ਕਿ ਪੰਜਾਬ ਸ਼ਾਂਤ ਹੈ, ਕੁਝ ਬੰਦੇ ਸੀ ਜਿਨ੍ਹਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੁੰਦੀ ਪਈ ਹੈ, ਤੇ ਅਮਨ ਕਾਨੂੰਨ ਦਾ ਮਸਲਾ ਪੁਲਿਸ ਦਾ, ਪੁਲਿਸ ਆਪਣੇ ਤੌਰ ਤੇ ਨਿਪਟਰੀ ਹੈ ਤੇ ਅਸੀਂ ਇਹ ਚ ਦਖਲ ਨਹੀਂ ਦੇ ਰਹੇ ਜੀ। ਦੂਜੇ ਪਾਸੋਂ ਇਹ ਰਿਪੋਰਟਾਂ ਪਹਿਲੇ ਦਿਨ ਸਾਹਮਣੇ ਆ ਗਈਆਂ ਸੀ ਕਿ ਪੰਜਾਬ ਦੀ ਪੁਲਿਸ ਇਕੱਲੀ ਨਹੀਂ ਇਸ ਆਪਰੇਸ਼ਨ ਦੇ ਵਿੱਚ, ਸੈਂਟਰ ਗੌਰਮੈਂਟ ਦੀਆਂ ਏਜੰਸੀਆਂ ਨਾਲ ਸ਼ਾਮਿਲ ਨੇ ਤੇ ਜੁਆਇੰਟ ਆਪਰੇਸ਼ਨ ਹੈ। ਉਹਦਾ ਜੁਆਇੰਟ ਆਪਰੇਸ਼ਨ ਹੈ ਜੇ ਸੈਂਟਰ ਦੀਆਂ ਏਜੰਸੀਆਂ ਨਾਲ ਸ਼ਾਮਿਲ ਨੇ, ਤੇ ਇਹਦਾ ਮਤਲਬ ਫਿਰ ਜਿਹੜਾ ਹੁਣ ਤੱਕ ਪ੍ਰਚਾਰ ਹੁੰਦਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਸੈਂਟਰ ਨੇ ਖੜਾ ਕੀਤਾ, ਜੇ ਸੈਂਟਰ ਨੇ ਖੜਾ ਕੀਤਾ ਤੇ ਸੈਂਟਰ ਦੀਆਂ ਏਜੰਸੀਆਂ ਜੁਆਇੰਟ ਆਪਰੇਸ਼ਨ ਵਾਸਤੇ ਨਹੀਂ ਸੀ ਮੰਨਣਾ, ਤੇ ਫਿਰ ਉਹਨਾਂ ਨੇ ਇਸ ਗੱਲ ਵਾਸਤੇ ਵੀ ਸਹਿਯੋਗ ਨਹੀਂ ਸੀ ਕਰਨਾ ਕਿ ਇਹਨਾਂ ਦੇ ਬੰਦੇ ਫੜ ਫੜ ਕੇ ਤੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਭੇਜੋ, ਉਹ ਵੀ ਗੱਲ ਨਹੀਂ ਸੀ ਹੋ ਸਕਣੀ। ਉਧਰ ਤੋਂ ਲੱਗਦਾ ਕਿ ਘੱਟੋ ਘੱਟ ਇਸ ਮਸਲੇ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਪੂਰੀ ਤਰ੍ਹਾਂ ਮਿਲ ਕੇ ਚੱਲਦੀਆਂ ਪਈਆਂ ਨੇ ਜੀ। ਹੁਣ ਜਿੱਦਾਂ ਦੇ ਹਾਲਾਤ ਬਣਦੇ ਪਏ ਨੇ ਉਹਦੇ ਚ ਥੱਲਿਓ ਜਿਹੜੀਆਂ ਰਿਪੋਰਟਸ ਆਉਂਦੀਆਂ ਉਹ ਰਿਪੋਰਟਸ ਇਹੋ ਹੀ ਆ ਕਿ ਇਸ ਮਸਲੇ ਤੇ ਪੰਜਾਬ ਵਿਚਲਾ ਸਿੱਖ ਭਾਈਚਾਰਾ ਵੀ ਵੰਡਿਆ ਪਿਆ ਜੀ। ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਜਲੰਧਰ ਦੇ ਗੁਰਦੁਆਰਾ ਮਾਡਲ ਟਾਊਨ ਦੀ ਘਟਨਾ ਹੋਈ ਸੀ ਬਿਲਕੁਲ, ਜਿੱਥੇ ਉਹਨਾਂ ਨੇ ਆ ਕੇ ਕੁਰਸੀਆਂ ਤੇ ਬੈਂਚ ਬਾਹਰ ਕੱਢ ਕੇ ਤੇ ਬਰਸ਼ਿਆਂ ਤੇ ਕਿਰਪਾਨਾਂ ਨਾਲ ਪਾੜੇ ਤੇ ਫਿਰ ਉਹਨਾਂ ਨੂੰ ਅੱਗ ਲਾਈ ਸੀ। ਉਸ ਗੁਰਦੁਆਰਾ ਕਮੇਟੀ ਨੇ ਇਹਨਾਂ ਦੇ ਖਿਲਾਫ਼ ਸ਼ਿਕਾਇਤ ਥਾਣੇ ਦਿੱਤੀ ਸੀ, ਬਕਾਇਦਾ ਦਰਜ ਕਰਵਾਈ ਸੀ। ਉਹ ਘਟਨਾ ਵੀ ਆ, ਕੁਝ ਹੋਰ ਜਥੇਬੰਦੀਆਂ ਵੀ, ਅਕਾਲੀ ਦਲ ਦੇ ਕੁਝ ਲੀਡਰਾਂ ਨੇ ਵੀ ਉਦੋਂ ਇਹ ਬਿਆਨ ਦਿੱਤੇ ਸੀ ਜੋ ਕੁਝ ਅਜਨਾਲੇ ਚ ਹੋਇਆ ਪੁਲਿਸ ਤੇ ਕਾਰਵਾਈ ਕਰਦੀ ਕਿਉਂ ਨੀ ਜੀ। ਹੁਣ ਜਦੋਂ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ ਤੇ ਉਸੇ ਬਾਦਲ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਇਹ ਕਹਿਤਾ ਕਿ ਜਿਆਦਤੀ ਹੋ ਰਹੀ ਹੈ, ਯਾਨੀ ਇੱਧਰ ਵੀ ਉੱਧਰ ਵੀ ਦੋਵੇਂ ਪਾਸੇ ਰਹਿਣਾ ਚਾਹੁੰਦੇ ਆ। ਕਾਂਗਰਸ ਪਾਰਟੀ ਦੇ ਲੀਡਰਾਂ ਨੇ ਵੀ ਅਜਨਾਲੇ ਦੀ ਘਟਨਾ ਤੋਂ ਬਾਅਦ ਆਖਿਆ ਸੀ ਕਿ ਪੰਜਾਬ ਸਰਕਾਰ ਦਾ ਜਲੂਸ ਨਹੀਂ ਰੁਝਿਆ, ਇਹ ਕੱਖ ਨਹੀਂ ਕਰਨ ਜੋਗੀ, ਪੁਲਿਸ ਵਾਲਿਆਂ ਨੂੰ ਵੀ ਕੁਟਵਾ ਤਾ। ਪਰ ਜਿਹੜਾ ਪੁਲਿਸ ਦਾ ਐਸ ਪੀ ਜ਼ਖਮੀ ਹੋਇਆ ਸੀ ਉਹਨੂੰ ਮਿਲ ਕੇ ਤੇ ਉਹਦੇ ਕੋਲ ਬਹਿ ਬਹਿ ਕੇ ਇਹਨਾਂ ਸਾਰਿਆਂ ਨੇ ਫੋਟੋ ਵੀ ਖਿੱਚਾਈਆਂ ਸੀ। ਹੁਣ ਜਦੋਂ ਕਾਰਵਾਈ ਹੋਣ ਲੱਗ ਪਈ ਆ ਤੇ ਇਹਨਾਂ ਦੇ ਤਿੰਨ ਚਾਰ ਲੀਡਰਾਂ ਨੇ ਤੇ ਇਹ ਆਖਿਆ ਕਿ ਅਸੀਂ ਇਸ ਮਸਲੇ ਚ ਸਰਕਾਰ ਦੇ ਨਾਲ ਹੈ, ਪਬਲਿਕ ਨੂੰ ਠੀਕ ਰਹਿਣਾ ਚਾਹੀਦਾ, ਪਰ ਤਿੰਨਾਂ ਚੋਂ ਨੇ ਦੂਸਰੀ ਸੁਰ ਵੀ ਕੱਢ ਲਈ ਆ। ਇਸ ਕਰਕੇ ਅੱਗੋਂ ਅੱਡਿਆ ਜੋ ਕੁਝ ਵਿਦੇਸ਼ਾਂ ਚ ਹੋ ਰਿਹਾ ਉਹਦਾ ਅਸਰ ਵੀ ਹੈ। ਕੱਲ ਖਾਸ ਕਰਕੇ ਜਿਹੜਾ ਇੰਗਲੈਂਡ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਿਲਡਿੰਗ ਤੇ ਚੜ ਕੇ ਤੇ ਤਿਰੰਗਾ ਝੰਡਾ ਲਾ ਦਿੱਤਾ ਗਿਆ, ਇੱਕ ਥਾਂ ਤੇ ਦੂਜਾ ਝੰਡਾ ਲਾਉਣ ਦਾ ਯਤਨ ਕੀਤਾ ਗਿਆ। ਉਹਦੇ ਤੋਂ ਬਾਅਦ ਅੱਜ ਭਾਰਤ ਸਰਕਾਰ ਨੇ ਇਹਨਾਂ ਦੇ ਯੂਕੇ ਵਾਲਿਆਂ ਦੇ ਹਾਈ ਕਮਿਸ਼ਨਰ ਨੂੰ ਸੱਦ ਕੇ ਉਹਨੂੰ ਬੜਾ ਸਖਤੀ ਨਾਲ ਆਖਿਆ ਇਹ ਕੁਝ ਸਾਡੇ ਉੱਥੇ ਹੁੰਦਾ ਤੇ ਸਾਡੇ ਸਟਾਫ ਨਾਲ ਜਿਆਦਤੀ ਹੁੰਦੀ ਆ ਤੇ ਇਹ ਬਰਦਾਸ਼ਤ ਨਹੀਂ ਹੋਣੀ। ਅਜੇ ਪਿਛਲੇ ਹਫ਼ਤੇ ਹੀ ਇਹਨਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਵੀ ਆਖਿਆ ਸੀ ਕਿ ਤੁਹਾਡੇ ਹੁੰਦਿਆਂ ਆਸਟ੍ਰੇਲੀਆ ਚ ਭਾਰਤ ਦੇ ਹਾਈ ਕਮਿਸ਼ਨ ਤੇ ਕੌਂਸਲੇਟ ਦੇ ਖਿਲਾਫ਼ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ, ਉੱਥੇ ਜਿਹੜਾ ਕੌਂਸਲੇਟ ਆ ਇੱਕ ਸ਼ਹਿਰ ਦੇ ਵਿੱਚ ਬੰਦ ਵੀ ਕਰਨਾ ਪਿਆ ਕੁਝ ਦਿਨਾਂ ਵਾਸਤੇ ਤੇ ਤੁਸੀਂ ਰੋਕਦੇ ਕਿਉਂ ਨੀ, ਉਹ ਮਸਲਾ ਉਦੋਂ ਵੀ ਉੱਠਿਆ ਸੀ। ਅੱਜ ਦਿੱਲੀ ਚ ਸਿੱਖਾਂ ਦੇ ਕਾਫ਼ੀ ਵੱਡੇ ਗਰੁੱਪ ਨੇ ਜਾ ਕੇ ਬਰਤਾਨੀਆ ਦੇ ਹਾਈ ਕਮਿਸ਼ਨ ਦੇ ਖਿਲਾਫ਼ ਮੁਜ਼ਾਹਰਾ ਕੀਤਾ ਕਿ ਤੁਹਾਡੇ ਦੇਸ਼ ਵਿੱਚ ਭਾਰਤ ਦਾ ਝੰਡਾ ਉਤਾਰਿਆ ਗਿਆ ਹਾਈ ਕਮਿਸ਼ਨ ਤੇ। ਯਾਨੀ ਮੈਂ ਜਿਹੜੀ ਗੱਲ ਪਹਿਲਾਂ ਆਖੀ ਹੈ ਕਿ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਸਿੱਖਾਂ ਦੇ ਵਿੱਚ ਵੀ ਦੋ ਧੜੇ ਬਣ ਗਏ ਨੇ, ਇੱਕ ਧੜਿਆ ਜਿਹੜੀ ਇਹ ਸਮਝਦੀ ਹੈ ਕਿ ਗਲਤ ਹੋ ਰਿਹਾ, ਦੂਸਰੀ ਧੜਿਆ ਜਿਹੜੀ ਕਹਿੰਦੀ ਉਹ ਜੋ ਮਰਜ਼ੀ ਹੋਵੇ ਸਿੱਖਾਂ ਨੂੰ ਸਿੱਖ ਨਾਲ ਖਿਲਾਉਣਾ ਚਾਹੀਦਾ। ਇਸ ਕਰਕੇ ਪਾਰਟੀ ਕਹਿ ਕੱਲੇ ਪੰਜਾਬੀਆਂ ਚ ਨੀ ਸਿੱਖਾਂ ਵਿੱਚ ਵੀ ਇਸ ਗੱਲ ਤੇ ਦੋ ਰਾਏ ਚੱਲਦੀਆਂ ਨੇ। ਪੰਸਾਬ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤੇ ਬੰਦੇ ਉਹਨਾਂ ਤੋਂ ਹੁਣ ਪੁਲਿਸ ਰਿਮਾਂਡ ਲਿਆ ਜਾ ਸਕਦਾ ਜਾਂ ਜਿਹੜੀਆਂ ਏਜੰਸੀ ਜਾਂ ਉੱਥੇ ਜਾ ਕੇ ਪੁੱਛਗਿੱਛ ਕਰ ਸਕਦੀਆਂ? ਉੱਥੇ ਪੁੱਛਗਿੱਛ ਵੀ ਕਰ ਸਕਦੀਆਂ ਤੇ ਜੇ ਅਦਾਲਤ ਉਹਨਾਂ ਦਾ ਰਿਮਾਂਡ ਦੇਵੇ
ਤੇ ਉਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਦੇ ਉੱਤੇ ਇੱਥੇ ਵੀ ਲਿਆਂਦਾ ਜਾ ਸਕਦਾ ਜਾਂ ਇੱਕ ਹੋਰ ਤਰੀਕਾ ਹੁੰਦਾ। ਇਹ ਜਿਹੜੇ ਭਾਰਤ ਦਾ ਕਾਨੂੰਨ ਹੈ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪ੍ਰਬੰਧ ਹੁੰਦੇ ਆ ਜਿਹੜੇ ਆਮ ਤੌਰ ਤੇ ਵਰਤੇ ਨਹੀਂ ਜਾਂਦੇ ਪਰ ਲੋੜ ਪੈਣ ਤੇ ਵਰਤੇ ਜਾ ਸਕਦੇ ਆ। ਮਿਸਾਲ ਦੇ ਤੌਰ ਤੇ ਅਦਾਲਤ ਤਾਂ ਹਮੇਸ਼ਾ ਅਦਾਲਤੀ ਕੰਪਲੈਕਸ ਵਿੱਚ ਲੱਗਣੀ ਹੁੰਦੀ ਹੈ ਪਰ ਲੋੜ ਪੈਣ ਦੇ ਉੱਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਉਸੇ ਜੱਜ ਨੂੰ ਇਸ ਗੱਲ ਵਾਸਤੇ ਵੀ ਇਹ ਬੇਨਤੀ ਕੀਤੀ ਜਾ ਸਕਦੀ ਹੈ ਕਿ ਅਦਾਲਤੀ ਕੰਪਲੈਕਸ ਦੇ ਬਜਾਏ ਜੇਲ੍ਹ ਦੇ ਅੰਦਰ ਜਾ ਕੇ ਤੇ ਉੱਥੇ ਅਦਾਲਤ ਲਾ ਲਵੇ। ਕਈ ਕੇਸਾਂ ਵਿੱਚ ਪੰਜਾਬ ਵਿੱਚ ਵੀ ਏਦਾਂ ਅਦਾਲਤ ਜੇਲ੍ਹ ਵਿੱਚ ਲੱਗਦੀ ਰਹੀ ਹੈ। ਮੁੱਖ ਮੰਤਰੀ ਬੇਅੰਤ ਸਿੰਘ ਵਾਲੇ ਕੇਸ ਵਿੱਚ ਵੀ ਜੇਲ੍ਹ ਵਿੱਚ ਅਦਾਲਤ ਲਾਉਣ ਦੀ ਨੌਬਤ ਆ ਗਈ ਸੀ। ਏਦਾਂ ਕਈ ਵਾਰੀ ਹੋ ਜਾਂਦਾ। ਉਸੇ ਤੋਂ ਜੇ ਇਹਨਾਂ ਨੇ ਪੁੱਛਗਿੱਛ ਕਰਨੀ ਹੋਵੇ ਤੇ ਪੁੱਛਗਿੱਛ ਕਰਨ ਵਾਸਤੇ ਪੁਲਿਸ ਰਿਮਾਂਡ ਲਿਆ ਹੋਵੇ, ਪੁਲਿਸ ਰਿਮਾਂਡ ਥਾਣੇ ਚ ਵੀ ਹੋ ਸਕਦਾ, ਸੀ ਆਈ ਓ ਸਟਾਫ ਚ ਵੀ, ਕਿਸੇ ਪੁਲਿਸ ਲਾਈਨ ਦੇ ਕਮਰੇ ਵਿੱਚ ਵੀ, ਜਾਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਸੇ ਵੀ ਥਾਂ ਨੂੰ ਪੁਲਿਸ ਰਿਮਾਂਡ ਵਾਸਤੇ ਕੈਂਪ ਆਫਿਸ ਦੇ ਤੌਰ ਤੇ ਵਰਤਿਆ ਜਾ ਸਕਦਾ। ਤੇ ਜੇ ਕੱਲ ਨੂੰ ਪੰਜਾਬ ਸਰਕਾਰ ਇਹੋ ਜਿਹਾ ਨੋਟੀਫਿਕੇਸ਼ਨ ਜਾਰੀ ਕਰ ਦੇਵੇ ਕਿ ਆਸਾਮ ਦੇ ਡਿਬਰੂਗੜ੍ਹ ਦੇ ਵਿੱਚ ਇੱਕ ਬਿਲਡਿੰਗ ਫਲਾਨੀ ਫਲਾਨੀ ਨੋਟੀਫਾਈ ਕੀਤੀ ਜਾਂਦੀ ਹੈ ਜਿੱਥੇ ਪੰਜਾਬ ਦਾ ਇੱਕ ਆਰਜੀ ਥਾਣਾ ਇਹਨਾਂ ਕੇਸਾਂ ਦੀ ਪੁੱਛਗਿੱਛ ਵਾਸਤੇ ਚੱਲ ਸਕਦਾ ਤੇ ਕਾਨੂੰਨ ਵਿੱਚ ਇਹੋ ਜਿਹੇ ਪ੍ਰਬੰਧ ਵੀ ਹੈਗੇ ਨੇ। ਉੱਦਾਂ ਜੇ ਉੱਥੋਂ ਰਿਮਾਂਡ ਦੇ ਉੱਤੇ ਪ੍ਰੋਟੈਕਸ਼ਨ ਵਾਰੰਟ ਤੇ ਲਿਆਉਣਾ ਹੋਵੇ ਤੇ ਜਹਾਜ਼ ਦੇ ਵਿੱਚ 3 ਘੰਟਿਆਂ ਚ ਇੱਥੇ ਵੀ ਲਿਆਂਦਾ ਜਾ ਸਕਦਾ, ਇੱਥੇ ਲਿਆ ਕੇ ਪੁੱਛਗਿੱਛ ਕਰਕੇ ਵਾਪਸ ਵੀ ਭੇਜਿਆ ਜਾ ਸਕਦਾ। ਇਹ ਸਾਰੇ ਪ੍ਰਬੰਧ ਹੀ ਕਾਨੂੰਨ ਦੇ ਵਿੱਚ ਹੈਗੇ ਨੇ। ਸਵਾਲ ਇਹ ਹੈ ਕਿ ਇਹਨਾਂ ਪ੍ਰਬੰਧਾਂ ਨੂੰ ਸਰਕਾਰ ਵਰਤਦੀ ਹੈ ਜਾਂ ਉਹਨਾਂ ਨੂੰ ਉੱਥੇ ਭੇਜਤਾ ਤੇ ਭੇਜ ਦਿੱਤਾ, ਇੱਥੋਂ ਤੱਕ ਸੀਮਿਤ ਰਹਿੰਦੀ ਹੈ। ਇਹ ਮਸਲਾ ਅਜੇ ਸਰਕਾਰ ਦੀ ਸਮਝ ਤੇ ਪੁਲਿਸ ਅਫਸਰਾਂ ਦੀ ਜਿਹੜੀ ਸਮਝ ਹੈ ਉਹਦੇ ਉੱਤੇ ਨਿਰਭਰ ਕਰੇਗਾ ਜੀ। ਤੇ ਜੀ ਬੰਸ ਸਾਹਿਬ, ਸਿੱਧੂ ਮੂਸੇਵਾਲੇ ਦੀ ਬਰਸੀ ਵੀ ਸੀ ਕੱਲ੍ਹ,